ਅਸੀਂ ਲੋਨ ਲੂਨ ਲਿਆ ਅਤੇ ਏਅਰਪੋਰਟ ਆ ਗਏ, ਅਸੀਂ ਚੱਲੇ ਸੀ ਦੁਬਈ ਨੂੰ। ਤਾਂ ਜਦ ਇੱਧਰ ਪਹੁੰਚੇ ਪਾਸਪੋਰਟ ਵਗੈਰਾ ਦਿਖਾਇਆ, ਉਹ ਬੋਲ ਰਹੇ ਜਿਸ ਫਲਾਈਟ ਮੈਂ ਆਪਕੋ ਜਾਣਾ ਹੈ ਨਾ, ਵੋ ਫਲਾਈਟ ਹੀ ਕੈਂਸਲ ਹੋ ਗਈ ਹੈ। ਅਬ ਲਗਾ ਲਓ ਹਿਸਾਬ, ਹਮਾਰੀ ਕਿਸਮਤ ਕੈਸੀ ਹੈ ਜੇ ਦੇਖ ਲਓ ਕੈਸੇ ਬੋਲ ਰਿਹਾ। ਅਭੀ ਇਸਕੀ ਮੈਂ ਉਹਦੇ ਦੁਬਈ ਜਾ ਕੇ ਟਿੰਟ ਫੋੜ ਦੂੰਗਾ। ਬਹੁਤ ਖੁਸ਼ੀ ਹੋ ਗਈ ਕਿ ਹਮਾਰੇ ਹਰੀਸ਼ ਬਾਈ ਕੋ ਸਿਗਰਟ ਪੀਨੇ ਵਾਲੀ ਜਗ੍ਹਾ ਨਹੀਂ ਮਿਲ ਰਹੀ। ਅਭੀ ਜੇ ਪੂਰੀ ਮਿਹਨਤ ਕਰ ਰਹੇ ਹੈ, ਲਗਨ ਸੇ ਸਭੀ ਸਾਈਡ ਢੂੰਢ ਰਹੇ ਹੈ, ਬਟ ਇਨਕੋ ਕੁਛ ਨਹੀਂ ਮਿਲਾ ਅਭੀ ਤੱਕ। ਔਰ ਹਮਾਰੀ ਬੋਰਡਿੰਗ ਸਟਾਰਟ ਹੋ ਗਈ ਹੈ, ਅਭੀ ਹਮ ਫਲਾਈਟ ਕੇ ਲੀਏ ਜਾ ਰਹੇ ਹੈ। ਅਭੀ ਹਮ ਆਪਕੋ ਦਰਸ਼ਨ ਕਰਵਾਏਂਗੇ ਜਹਾਜ਼ੋਂ ਕੇ, ਜਹਾਜ਼ ਫਲਾਈਟੇ। ਹਰੀਸ਼ ਬਾਈ ਦਿਖਾ ਦੇ ਇਨਕੋ ਫਿਰ। ਮੈਨੂਅਲ ਬੋਰਡਿੰਗ ਹੋਈ ਔਰ ਮੇਰੀ ਤੋਂ ਉਹ ਹੋ ਗਈ ਥੀ, ਐਸੇ ਹੀ ਉਸਨੇ ਕਰ ਦੀ। ਅਬ ਹਮ ਜਾ ਰਹੇ ਹੈ ਫਲਾਈਟ ਕੀ ਤਰਫ, ਉਨ ਦੋਨੋਂ ਨੇ ਉਹਨੂੰ ਸਾਈਡ। ਹਰੀਸ਼ ਬਾਈ ਕੋ ਤੋ ਐਸੇ ਦੇਖ ਰਹੇ ਹੈ ਜੈਸੇ ਜੇ ਟੈਰਿਸਟ ਨਹੀਂ ਹੋਤਾ, ਇਸਕਾ ਤੋ ਪੂਰਾ ਬੜੀਆ ਸੇ ਜਾਂਚ ਪੜਤਾਲ ਕਰਤੇ ਹੈ ਵੋ। ਅਭੀ ਹਮ ਜਾ ਰਹੇ ਹੈ ਫਲਾਈਟ ਕੀ ਤਰਫ, ਚੈੱਕ ਕਰੋ। ਆਪ ਦੇਖ ਰਹੇ ਹੋ ਨਾ, ਵੋ ਹਮਾਰਾ ਨਹੀਂ ਹੈ, ਹਮਾਰਾ ਜੇ ਹੈ ਬਲੂ ਔਰ ਵਾਈਟ ਇੰਡੀਗੋ। ਚੈੱਕ ਕਰ ਲਓ ਅਭੀ ਇਸਕੋ, ਅਭੀ ਤੁਰਾ ਨਹੀਂ ਹੈ। ਹਰੀਸ਼ ਬਾਈ ਕੈਸਾ ਲੱਗ ਰਿਹਾ ਹੈ? ਕਿਆ ਕੀਆ ਮੈਨੇ ਹਰੀਸ਼ ਬਾਈ ਕੋ, ਅਭੀ ਤੱਕ ਬਾਥਰੂਮ ਜਾਣੇ ਕੇ ਲੀਏ ਕੋਈ ਵੀ ਜਗ੍ਹਾ ਨਹੀਂ ਮਿਲੀ, ਨਹੀਂ ਮਿਲੀ ਸਿਗਰਟ ਨਹੀਂ ਮਿਲੀ ਅਭੀ ਤੱਕ। ਹਰੀਸ਼ ਬਾਈ ਕੀ ਸਿਗਰਟ ਉਹਨਾਂ ਨੇ ਫੇਂਕ ਦੀ, ਅਭੀ ਇਸਕੇ ਪਾਸ ਸਿਗਰਟ ਨਹੀਂ ਹੈ, ਪੂਰਾ ਤੰਗ ਹੋ ਚੁੱਕਾ ਹੈ ਅਭੀ ਅੱਛੇ ਸੇ। ਹਰੀਸ਼ ਬਾਈ ਡਰ ਰਹੇ ਹੈ। ਹਰੀਸ਼ ਬਾਈ ਕਿਆ ਹੋਇਆ? ਉਹ ਦੇਖੋ ਜਹਾਜ਼ ਜਾ ਰਿਹਾ ਹੈ, ਚੋਣ ਲੱਗ ਗਿਆ ਯਾਰ। ਅਭੀ ਮੈਨੇ ਉਸਕੋ ਕੀਆ ਪ੍ਰੈਸ, ਵੋ ਆਏਂਗੇ ਔਰ ਕੈਸੇ ਝਟਕੇ ਲੱਗ ਰਹੇ ਹੈ, ਇਸਕੋ ਚਲਾਣੀ ਨਹੀਂ ਆ ਰਹੀ, ਕੈਸੇ ਚਲਾਣੀ ਹੈ ਵੋ ਬਾਹਰ ਦੇਖੋ। ਦੇਖੋ ਟੋਏ ਬਹੁਤ ਆ ਰਾਸਤੇ ਦੇ ਵਿੱਚ, ਚੱਕਰ ਹੋਰ ਕੋਈ ਨਹੀਂ ਹੈ। ਲੋਕ ਦੁਬਈ ਪਹੁੰਚ ਗਏ, ਜੇ ਤਾਂ ਹਮਾਰਾ ਪਲੇਨ ਗਏ ਥੇ ਇੱਧਰ, ਔਰ ਜੇ ਹਮਾਰਾ ਰੂਮ ਹੈ, ਜੇ ਲੈਪਟੋਪ। ਹਰੀਸ਼ ਬਾਈ ਕਿਆ ਕਰ ਰਹੇ ਹੋ? ਕਿਆ ਕਰ ਰਹੇ ਹੋ? ਕਿਤਨੇ ਪੀਸ ਕਰਦੀ ਹੈ ਸੁਬਹੇ ਕੇ? 35 ਕਰਦੀ ਹੈ। ਅਭੀ ਆਪ ਕਿਧਰ ਹੋ ਦੁਬਈ ਮੈਂ? ਮੇਰੇ ਹਰੀਸ਼ ਬਾਈ ਕੋ ਤੋ ਮਾਲੂਮ ਹੀ ਨਹੀਂ ਹੈ ਵੋ ਕਿਧਰ ਆਏ ਹੋਏ ਹੈ ਅਭੀ ਜੀ। ਲੈ ਲੋ 100 ਵੀ ਹਰੀਸ਼ ਬਾਈ ਲੈਪਟੋਪ ਕੇ ਉੱਪਰ ਰਹੇ ਹੈ, ਜੇ ਸਾਰੇ ਲੈਪਟੋਪ ਪੜੇ ਹੈ ਜੀ ਹਮਾਰੇ ਹਰੀਸ਼ ਬਾਈ। ਚਲੋ ਮਿਲਤੇ ਹੈ ਨੈਕਸਟ ਵਲੋਗ ਮੇਂ।